ਦੇਸ਼ ਭਰ 'ਚ ਕੋਰੋਨਾ ਕਾਰਨ ਮੌਤਾਂ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਨੇ। ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ 'ਚ ਕੁਝ ਲੋਕ ਚੰਦ ਪੈਸਿਆਂ ਲਈ ਹੁਣ ਕੋਰੋਨਾ ਦੇ ਨਕਲੀ ਟੀਕੇ ਵੀ ਤਿਆਰ ਕਰਨ ਲੱਗੇ ਨੇ। ਜੀ ਹਾਂ, ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਗੁਜਰਾਤ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਗਲੂਕੋਜ਼ ਨਾਲ ਭਰੀਆਂ ਬੋਤਲਾਂ ਸਾਫ਼ ਸਾਫ਼ ਨਜ਼ਰ ਆ ਰਹੀਆਂ ਨੇ। ਜਾਣਕਾਰੀ ਮੁਤਾਬਿਕ ਜਦੋਂ ਮੋਰਬੀ ਪੁਲਿਸ ਵੱਲੋਂ ਇਸ ਜਗ੍ਹਾ 'ਤੇ ਛਾਪਾ ਮਾਰਿਆ ਗਿਆ ਤਾਂ ਉਹਨਾਂ ਵੱਲੋਂ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਨਕਲੀ ਕੋਵਿਡ-19 ਦੇ ਇੰਜੈਕਸ਼ਨ ਤਿਆਰ ਕਰ ਰਹੇ ਸੀ। ਪਰ ਜਦੋਂ ਮੋਰਬੀ ਪੁਲਿਸ ਨੇ ਛਾਪਾ ਮਾਰਿਆ ਤਾਂ ਪੁਲਿਸ ਵੱਲੋਂ 7 ਵਿਅਕਤੀਆਂ ਨੂੰ 3 ਸ਼ਹਿਰਾਂ ਮੋਰਬੀ, ਅਹਿਮਦਾਬਾਦ ਅਤੇ ਸੂਰਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿਛਲੇ 10 ਤੋਂ 15 ਦਿਨਾਂ ਵਿੱਚ 60,000 ਤੋਂ ਵੱਧ ਖਾਲੀ ਸ਼ੀਸ਼ੀਆਂ, 30,000 ਜਾਲੀ ਸਟਿੱਕਰ ਤੇ 90 ਲੱਖ ਰੁਪਏ ਤੋਂ ਵੱਧ ਨਗਦੀ ਜ਼ਬਤ ਕੀਤੀ ਗਈ ਹੈ। ਬੋਟਲ ਦੇ ਅੰਦਰ 33 ਗ੍ਰਾਮ ਨੂੰ ਜੋ ਪੂਰੀ ਨਾਲ ਆਵੇ ਨਾ, ਜਦੋਂ 33 ਗ੍ਰਾਮ ਨੂੰ ਮਾਲ ਆਵੇ ਜੇ, ਜਿਹਨੂੰ ਵਜ਼ਨ ਘਟਾ ਕੇ ਵਜ਼ਨ ਕਰੀਏ ਜੇ, ਵਜ਼ਨ ਘਟੋ 33 ਗ੍ਰਾਮ ਭਰੀ ਨੇ। ਅਬ ਕਿਆ ਪਹਿਲੇ ਸੀਲ ਕਰਾ, ਆ ਪਹਿਲਾਂ ਕ੍ਰੀਪਿੰਗ ਹੁੰਦੀ ਸੀਲ ਦੇ, ਆਲਾ ਦੀ ਸੀਲ ਕਰ ਦੇ ਤੂੰ। ਹਾਂ ਬਰਾਬਰ, ਬਸ ਇੱਕ ਰੁਪ ਚ ਸਕਦਾ ਮੈਂ, ਬਸ ਇੱਕ ਰੁਪ ਆ ਮਤਲਬ ਆ ਵੀ ਕੀ ਬਹੁਤ ਸਾਰੇ ਕਹਿੰਦੀ ਮੰਗਾ ਵਸਤੂ ਬੰਬੇ ਦੀ, ਬੰਬੇ ਹਾਂ ਸੀਲ ਕਰੀ ਬਸ ਮੋਰਬੀ ਪੁਲਿਸ ਮੁਤਾਬਿਕ ਉਹਨਾਂ ਵੱਲੋਂ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਕਾਲੀ ਬਾਜ਼ਾਰ 'ਚ ਨਕਲੀ ਰੈਮਡੇਸਿਵਿਰ ਟੀਕੇ ਵਧੇਰੇ ਕੀਮਤ 'ਤੇ ਵੇਚਣ ਬਾਰੇ ਸੂਚਨਾ ਮਿਲੀ ਸੀ। ਖਾਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਦੋਨੋਂ ਮੋਰਬੀ ਨਿਵਾਸੀ ਰਾਹੁਲ ਕੋਟੇ ਅਤੇ ਰਵੀਰਾਜ ਹਿਰਾਨੀ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 41 ਲੱਖ ਟੀਕੇ ਅਤੇ 2.15 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਜੋ ਕਿ ਉਹਨਾਂ ਨੇ ਕਥਿਤ ਤੌਰ 'ਤੇ ਜਾਲੀ ਟੀਕੇ ਵੇਚ ਕੇ ਕਮਾਏ ਸੀ। ਪੁਲਿਸ ਮੁਤਾਬਿਕ ਉਹਨਾਂ ਵੱਲੋਂ ਛਾਪੇ ਦੌਰਾਨ 2,73,000 ਨਕਲੀ ਕੋਰੋਨਾ ਦੇ ਟੀਕਿਆਂ ਦੀ ਡੋਜ਼ ਜ਼ਬਤ ਕੀਤੀ ਗਈ ਹੈ ਤੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਖਿਲਾਫ਼ ਵੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।